ਪਹਿਲਾਂ ਅੱਜ ਦੀ ਜੋ ਜਸ ਵਾਰਤਾ ਰੱਖੀ ਗਈ ਹੈ ਮੈਂ ਸੂਚੇ ਮੀਡੀਆ ਦਾ ਜਿਨ੍ਹਾਂ ਨੇ ਸਾਡੇ ਬੜੇ ਹੀ ਸ਼ਾਰਟ ਨੋਟਿਸ ਦੇ ਉੱਤੇ ਆ ਕੇ ਅਤੇ ਇਸ ਜਸ ਵਾਰਤਾ ਨੂੰ ਪ੍ਰੈਸ ਕਵਰ ਕਰਨ ਦੇ ਲਈ ਜੋ ਯਤਨ ਕੀਤਾ ਸਭ ਤੋਂ ਪਹਿਲਾਂ ਮੈਂ ਇਹਨਾਂ ਦਾ ਥੈਂਕਸ ਕਰਦਾ ਔਰ ਜੋ ਅੱਜ ਦੀ ਵਿਸ਼ੇਸ਼ ਤੌਰ ਦੇ ਉੱਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ਸਾਂਬਾ ਅਤੇ ਨਾਲ ਫਰਿੰਦੌਰੀ ਤੋਂ ਰਿਆਸੀ ਤੋਂ ਪਹੁੰਚੇ ਹੋਏ ਜੋ ਮੈਂਬਰ ਸਾਹਿਬਾਨ ਹਨ ਇੱਥੋਂ ਦੇ ਜਿਹੜੇ ਪ੍ਰਧਾਨ ਹਨ ਇਹ ਸਾਰੇ ਹੀ ਬੈਠੇ ਹਨ ਜਿਸ ਦਾ ਮੁੱਖ ਕਾਰਨ ਕੀ ਹੈ ਕਿ ਜਿਸ ਤਰ੍ਹਾਂ ਅਸੀਂ ਪਿਛਲੇ ਦਿਨਾਂ ਲਗਾਤਾਰ ਕੁਝ ਸਾਡੀਆਂ ਇਹੋ ਜਿਹੀਆਂ ਵਿਚਾਰਾਂ ਹੋਈਆਂ ਕਿ ਸਿੱਖ ਕੌਮ ਦੇ ਨਾਲ ਜਦੋਂ ਵੀ ਕੋਈ ਕੰਪੀਟੇਟਿਵ ਐਗਜ਼ਾਮ ਸੁਖਵਾਲ ਸਾਂਬਾ ਦੇ ਵਿੱਚ ਰਹਿਣ ਵਾਲਾ ਇਹ ਬੱਚਾ ਹੈ ਜਦੋਂ ਇਹ ਐਗਜ਼ਾਮ ਦੇ ਲਈ ਜਾਂਦਾ ਅਤੇ ਜਿਸ ਵੇਲੇ ਐਂਟਰ ਕਰਨਾ ਸੀ ਐਗਜ਼ਾਮੀਨੇਸ਼ਨ ਹਾਲ ਦੇ ਅੰਦਰ ਤਾਂ ਇਸ ਬੱਚੇ ਨੂੰ ਆਖਿਆ ਗਿਆ ਕਿ ਇਹਨਾਂ ਦੇ ਜਿਹੜੇ ਕਤਾਰਨ ਹੈ ਇਸ ਨੂੰ ਉਤਾਰਿਆ ਜਾਏ ਇਹਨਾਂ ਦੀ ਸ਼੍ਰੀ ਸਾਹਿਬ ਉਤਾਰੀ ਜਾਏ ਔਰ ਉਸ ਬੱਚੇ ਨੇ ਸਮਾਂ ਤੱਕ ਹੋਣ ਦੇ ਬਾਅਦ ਅੱਗੇ ਜੋ ਰਿਜ਼ਲਮੈਂਟ ਸ਼ੋਅ ਕਰਨੀ ਸੀ ਲੇਕਿਨ ਉਹਨਾਂ ਨੇ ਕੋਈ ਉਹਦੇ ਉੱਤੇ ਅਸਰ ਨਹੀਂ ਕੀਤਾ ਔਰ ਉਸ ਬੱਚੇ ਦੇ ਜਿਹੜੇ ਕਤਾਰ ਸੀ ਉਤਾਰ ਕੇ ਜੋ ਆਮ ਉਹਨਾਂ ਦਾ ਰੈਕ ਲੱਗਾ ਸੀ ਜਿੱਥੇ ਰੈਕ ਦੇ ਵਿੱਚ ਸਭ ਕੁਝ ਰੱਖਿਆ ਜਾ ਰਿਹਾ ਸੀ ਜੋ ਫਾਲਤੂ ਚੀਜ਼ਾਂ ਹੁੰਦੀਆਂ ਕੋਈ ਕਿਤਾਬ ਲੈ ਕੇ ਗਿਆ ਹੁੰਦਾ ਬੱਚਾ ਕੋਈ ਆਪਣੇ ਨਾਮ 'ਤੇ ਵੀ ਅਸੈਸਰੀ ਲੈ ਕੇ ਗਿਆ ਹੁੰਦਾ ਉਹਦੇ ਵਿੱਚ ਬੱਚੇ ਦੀ ਜੋ ਸ਼੍ਰੀ ਸਾਹਿਬ ਨੂੰ ਕਰਵਾ ਕੇ ਗਾਤਰੇ ਸਮੇਤ ਰੱਖ ਦਿੱਤਾ ਸੋ ਸਭ ਤੋਂ ਵੱਡਾ ਕਾਰਨ ਜੋ ਅੱਜ ਕਤਾਰਾਂ ਦੇ ਨਾਲ ਇੱਥੇ ਜੋ ਛੇੜਛਾੜ ਕੀਤੀ ਜਾ ਰਹੀ ਹੈ ਇਸ ਦੇ ਪ੍ਰਥਾਏ ਅੱਜ ਸਾਡਾ ਇੱਕ ਬਹੁਤ ਵੱਡਾ ਰੋਸ ਹੈ ਕੱਲ੍ਹ ਦਾ ਲਗਾਤਾਰ ਸਾਡੇ ਕੋਲ ਉਸ ਬੱਚੇ ਦੇ ਜੋ ਪੇਰੈਂਟਸ ਹਨ ਉਹਨਾਂ ਵੀ ਆ ਕੇ ਪਹੁੰਚ ਕੀਤੀ ਸਾਂਬਾ ਡਿਸਟ੍ਰਿਕਟ ਦੇ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਹਨ ਜੋ ਉਹਨਾਂ ਦੇ ਸੈਕਟਰੀ ਸਾਹਿਬ ਹਨ ਪ੍ਰਧਾਨ ਸਾਹਿਬ ਹਨ ਉਹਨਾਂ ਦੀ ਵੀ ਨੋਟਿਸ 'ਚ ਇਹ ਗੱਲ ਆਈ ਸਾਰਿਆਂ ਨੇ ਮਿਲ ਜੁਲ ਕੇ ਜਦੋਂ ਇਹ ਫੈਸਲਾ ਕੀਤਾ ਜਦੋਂ ਇਹ ਸਾਰਾ ਪਤਾ ਲੱਗਿਆ ਕਿ ਇਹ ਜੋ ਮਸਲਾ ਹੋਇਆ ਇਹਦੇ ਵਿੱਚ ਇੱਕ ਬਹੁਤ ਵੱਡਾ ਜੋ ਹਮੇਸ਼ਾ ਹੀ ਪਹਿਲਾਂ ਵੀ ਪਿਛਲੇ ਦਿਨਾਂ ਵੀ ਐਗਜ਼ਾਮ ਹੁੰਦੇ ਸਨ ਉਹਦੇ ਵਿੱਚ ਵੀ ਸਾਡੇ ਨਾਲ ਇਸ ਤਰ੍ਹਾਂ ਦੇ ਸਾਡੇ ਸਾਹਮਣੇ ਵਾਕਿਆ ਆਏ ਪਿੱਛੇ ਤਿੰਨ ਬੱਚੀਆਂ ਦੇ ਕਤਾਰ ਉਤਾਰੇ ਗਏ ਸਨ ਅਤੇ ਜਿਸ ਵੇਲੇ ਅਸੀਂ ਪ੍ਰੈਸ ਕਾਨਫਰੰਸ ਕੀਤੀ ਫਾਇਰ ਅਥਾਰਟੀਜ਼ ਨਾਲ ਮਿਲੇ ਸਾਨੂੰ ਭਰੋਸਾ ਦਿੱਤਾ ਗਿਆ ਕਿ ਸਾਡਾ ਜਿਹੜਾ ਨੋਟਿਸ ਹੈ ਸਰਕੂਲੇਸ਼ਨ ਦੇ ਵਿੱਚ ਜਾਏਗਾ ਔਰ ਇਸ ਨੋਟਿਸ ਦੇ ਨਾਲ ਅਗਲੀ ਵਾਰ ਆਉਣ ਵਾਲੇ ਜਿਹੜੇ ਐਗਜ਼ਾਮ ਹੋਣਗੇ ਉਹਦੇ ਵਿੱਚ ਕਿਸੇ ਵੀ ਧਾਰਮਿਕ ਜੋ ਚਿੰਨ੍ਹ ਹੈ ਉਸ ਦੇ ਨਾਲ ਕੋਈ ਵੀ ਛੇੜਛਾੜ ਨਹੀਂ ਕੀਤੀ ਜਾਏਗੀ ਸੋ ਲਿਹਾਜ਼ਾ ਜੋ ਇਹ ਕੱਲ੍ਹ ਐਪੀਸੋਡ ਹੋਇਆ ਇਸ ਦੀ ਅਸੀਂ ਬੜੇ ਹੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਜਿਹੜੇ ਕੰਸਰਨਡ ਅਥਾਰਟੀਜ਼ ਹਨ ਜਿਹੜੇ ਉਹਨਾਂ ਦੀ ਹਾਇਰ ਅਥਾਰਟੀਜ਼ ਹਨ ਅਸੀਂ ਅੱਜ ਇਹ ਆਵਾਜ਼ ਉਹਨਾਂ ਤੱਕ ਪਹੁੰਚਾ ਰਹੇ ਹਾਂ ਕਿ ਕਮ ਸੇ ਕਮ ਉਹ ਇਸ ਗੱਲ ਦਾ ਪੂਰਾ ਸੰਗਿਆਨ ਲੈਣ ਕਿਉਂਕਿ ਜੋ ਇਹ ਮਾਹੌਲ ਬਣਿਆ ਜੇਕਰ ਸਾਡਾ ਯੂਥ ਰੋਡ ਦੇ ਉੱਤੇ ਆ ਜਾਂਦਾ ਜੇ ਕੋਈ ਹੋਰ ਕਿਤੇ ਸਾਡੇ ਲਾਅ ਐਂਡ ਆਰਡਰ ਦੇ ਵਿੱਚ ਫਰਕ ਆ ਜਾਂਦਾ ਫਿਰ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ ਜੇ ਅੱਜ ਕਨਸਟੀਟਿਊਸ਼ਨਲ ਰਾਈਟ ਸਾਡੇ ਕੋਲ ਹੈ ਅਸੀਂ ਕੋਈ ਆਊਟਲਾਅ ਗੱਲ ਨਹੀਂ ਕਰ ਰਹੇ ਲਾਅ ਤੋਂ ਬਾਹਰ ਜਾ ਕੇ ਅਸੀਂ ਕੋਈ ਗੱਲ ਨਹੀਂ ਕਰ ਰਹੇ ਅਸੀਂ ਇਨ ਲਾਅ ਦੀ ਗੱਲ ਕਰ ਰਹੇ ਹਾਂ ਕਨਸਟੀਟਿਊਸ਼ਨਲ ਰਾਈਟ ਹੈ ਕਿ ਅਸੀਂ ਆਪਣੀ ਸ਼੍ਰੀ ਸਾਹਿਬ ਪਾ ਸਕਦੇ ਹਾਂ ਪੰਜ ਕਕਾਰ ਦੇ ਅਸੀਂ ਧਾਰਨੀ ਹੈ ਸਿੱਖ ਕੌਮ ਦਾ ਰਿਲੀਜੀਅਸ ਇਹ ਮੈਟਰ ਹੈ ਅਤੇ ਸਾਨੂੰ ਇਹਦੀ ਪਰਮਿਸ਼ਨ ਹੈ ਇਜਾਜ਼ਤ ਹੈ ਹਰ ਜਗ੍ਹਾ ਅਤੇ ਜੇ ਇਸ ਇਜਾਜ਼ਤ ਦੀ ਵਾਰ ਵਾਰ ਉਲੰਘਣਾ ਕੀਤੀ ਜਾਂਦੀ ਹੈ ਭਾਵੇਂ ਇਹਦਾ ਸੁਪਰੀਮ ਕੋਰਟ ਦੀ ਤਰਫੋਂ ਵੀ ਇਸਦਾ ਖੁਲਾਸਾ ਹੋ ਚੁੱਕਿਆ ਹੈ ਔਰ ਕਈ ਤਰ੍ਹਾਂ ਦੇ ਸਾਡੇ ਕੋਲ ਜਜਮੈਂਟਸ ਸਾਹਮਣੇ ਆਈਆਂ ਨੇ ਜਿਨ੍ਹਾਂ ਦਾ ਜ਼ਿਕਰ ਵੀ ਅੱਗੇ ਜਾ ਕੇ ਅਸੀਂ ਕਰਾਂਗੇ ਸੋ ਇਹ ਜਜਮੈਂਟਸ ਦੇ ਆਧਾਰ 'ਤੇ ਵੀ ਜੇ ਅੱਜ ਵੇਖਿਆ ਜਾਏ ਤਾਂ ਇਸ ਕਿਸਮ ਦੀ ਜਿਹੜੀ ਡਿਸਕ੍ਰਿਮੀਨੇਸ਼ਨ ਹੈ ਉਹ ਸਾਡੀ ਸਿੱਖ ਕੌਮ ਦੇ ਨਾਲ ਕੀਤੀ ਜਾ ਰਹੀ ਹੈ ਬੱਚਿਆਂ ਨੂੰ ਹਰਾਸ ਕੀਤਾ ਜਾ ਰਿਹਾ ਔਰ ਇਹਦੇ ਵਿੱਚ ਜੋ ਇਹ ਪਿੱਛੇ ਅਸੀਂ ਗੱਲ ਕੀਤੀ ਸੀ ਹਾਇਰ ਅਥਾਰਟੀਜ਼ ਨਾਲ ਉਹਨਾਂ ਕਿਹਾ ਸੀ ਕਿ ਇਸ ਵਾਰ ਜੋ ਹੋਇਆ ਉਹ ਕੋਈ ਸਰਕੂਲੇਸ਼ਨ ਦੇ ਵਿੱਚ ਹੋ ਸਕਦਾ ਕੋਈ ਨੋਟਿਸ ਨਾ ਪਹੁੰਚਿਆ ਹੋਏ ਅਸੀਂ ਅੱਗੇ ਜਦੋਂ ਵੀ ਕੋਈ ਇਹੋ ਜਿਹੇ ਐਗਜ਼ਾਮ ਅਸੀਂ ਕੰਡਕਟ ਕਰਾਂਗੇ ਅਸੀਂ ਸਪੈਸ਼ਲ ਤੌਰ ਦੇ ਉੱਤੇ ਨੋਟਿਸ ਜਿਹੜੇ ਨੇ ਉਹ ਜ਼ਰੂਰ ਦੇਵਾਂਗੇ ਔਰ ਹਾਇਰ ਅਥਾਰਟੀਜ਼ ਨੇ ਜੇ ਆਪਣੇ ਨੋਟਿਸ ਭੇਜੇ ਨੇ ਜੇ ਆਪਣੀਆਂ ਇੰਸਟਰਕਸ਼ਨਸ ਭੇਜੀਆਂ ਨੇ ਅਤੇ ਜਿਹੜੇ ਉੱਥੇ ਇੰਪਲੀਮੈਂਟ ਕਰਨ ਵਾਲੇ ਸਨ ਚਾਹੇ ਉਹ ਉਸ ਸੈਂਟਰ ਦੇ ਇੰਚਾਰਜ ਹੋਣ ਜਾਂ ਉਸ ਸੈਂਟਰ ਦੇ ਵਿੱਚ ਜਿਹੜੀ ਸਿਕਿਉਰਿਟੀ ਹੋਵੇ ਜਿਨ੍ਹਾਂ ਨੇ ਇਸ ਲਾਅ ਐਂਡ ਆਰਡਰ ਨੂੰ ਆਪਣੇ ਹੱਥ ਵਿੱਚ ਲੈ ਕੇ ਇਸ ਨੋਟਿਸ ਦਾ ਖੰਡਨ ਕੀਤਾ ਸਾਡੀ ਸਰਕਾਰ ਕੋਲ ਪੁਰਜ਼ੋਰ ਇਹ ਮੰਗ ਹੋਵੇਗੀ ਇਹਦੇ ਉੱਤੇ ਇਨਕੁਆਇਰੀ ਕਰਕੇ ਉਹਨਾਂ ਦੇ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏ ਔਰ ਉਹਨਾਂ ਨੂੰ ਉਹਨਾਂ ਅਥਾਰਟੀਜ਼ ਨੂੰ ਮੈਂ ਫਿਰ ਇੱਕ ਵਾਰ ਫਿਰ ਬੇਨਤੀ ਕਰਾਂਗਾ ਔਰ ਜੇ ਇਸ ਕਿਸਮ ਦਾ ਇਸ ਵਾਰ ਵੀ ਸਾਡੇ ਨਾਲ ਉਹੀ ਘਿਨਾਉਣਾ ਮਜ਼ਾਕ ਕੀਤਾ ਗਿਆ ਜਿਹੜਾ ਪਿਛਲੀ ਵਾਰ ਸਾਨੂੰ ਆਸ਼ਵਾਸਨ ਦਿੱਤਾ ਗਿਆ ਕੇਵਲ ਅਤੇ ਕੇਵਲ ਗੱਲਾਂ ਬਾਤਾਂ ਰਾਹੀਂ ਜੋ ਐਕਸ਼ਨ ਸੀ ਉਹ ਨਹੀਂ ਕਰ ਪਾਏ ਅਤੇ ਹੋ ਸਕਦਾ ਇਸ ਵਾਰ ਸਾਡਾ ਯੂਥ ਸਾਨੂੰ ਰੋਕਣਾ ਮੁਸ਼ਕਲ ਹੋ ਜਾਏ ਕਿਉਂ ਕਿ ਉਹ ਜਿਹੜੀਆਂ ਅਥਾਰਟੀਜ਼ ਨੇ ਵਾਰ ਵਾਰ ਸਿੱਖ ਕਕਾਰਾਂ ਦੇ ਨਾਲ ਛੇੜਛਾੜ ਕਰ ਰਹੀਆਂ ਨੇ ਜੋ ਸਿੱਖ ਜੋ ਸਾਨੂੰ ਗੁਰੂਆਂ ਨੂੰ ਬਖਸ਼ਿਸ਼ ਹੈ ਜੋ ਰਹਿਤ ਮਰਿਆਦਾ ਵਿੱਚ ਬਖਸ਼ਿਸ਼ ਹਨ ਜੇਕਰ ਕੋਈ ਬੱਚਾ ਅੰਮ੍ਰਿਤਧਾਰੀ ਹੈ ਜੇ ਕੌਮ
ਜਿੱਦਾਂ ਪੱਖ ਧਾਰਮਿਕ ਪੱਖ ਨੂੰ ਅੱਗੇ ਲੈ ਕੇ ਚੱਲਦਾ ਹੈ ਨਾਲ ਆਪਣੇ ਵਿਧੀ ਲਾਹ ਦੇ ਵਿੱਚ ਰਹਿ ਕੇ ਜੇ ਉਹ ਕਿਸੇ ਕੰਪੀਟੀਸ਼ਨ ਐਗਜ਼ਾਮ ਵਿੱਚ ਜਾ ਰਿਹਾ ਜਿੱਥੇ ਵੀ ਜਾ ਰਿਹਾ ਅਤੇ ਜਦੋਂ ਉਹਦੇ ਲਾਹ ਦੇ ਵਿੱਚ ਜਦੋਂ ਉਹਦੇ ਨਾਲ ਇਸ ਕਿਸਮ ਦੀ ਛੇੜਛਾੜ ਕੀਤੀ ਜਾਏਗੀ ਉਹ ਨਿੰਦਣਯੋਗ ਹੈ। ਸੋ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਅਸੀਂ ਉਸ ਘਟਨਾ ਦੀ ਬਹੁਤ ਜ਼ਿਆਦਾ ਨਿੰਦਿਆ ਕਰਦੇ ਹਾਂ ਔਰ ਉਹਨਾਂ ਅਥੋਰਿਟੀਜ਼ ਨੂੰ ਉਹ ਉਹਨਾਂ ਅਫੀਸਰਸ ਨੂੰ ਉਹਨਾਂ ਸਿਕਿਉਰਿਟੀ ਮੈਨਸ ਨੂੰ ਜਿਨ੍ਹਾਂ ਨੇ ਇਸ ਸਾਰੇ ਕਾਰਜਕ੍ਰਮ ਦੇ ਵਿੱਚ ਹਿੱਸਾ ਪਾਇਆ ਉਹਦੇ ਵਿੱਚ ਯੋਗਦਾਨ ਪਾਇਆ। ਸਾਡੀ ਪੁਰਜ਼ੋਰ ਮੰਗ ਹੈ ਕਿ ਉਹਨਾਂ ਦੇ ਖਿਲਾਫ਼ ਵੱਧ ਤੋਂ ਵੱਧ ਜੋ ਐਕਸ਼ਨ ਗੌਰਮੈਂਟ ਤਰਫੋਂ ਦਿੱਤਾ ਜਾਏ ਤਾਂ ਕਿ ਸਾਡਾ ਵੀ ਇਹ ਜੋ ਮਾਨ ਮਰਿਆਦਾ ਹੈ ਜੋ ਸਾਡਾ ਸਿਸਟਮ ਹੈ ਜੋ ਸਿੱਖ ਪੁਕਾਰਾਂ ਦਾ ਮਾਣ ਸਤਿਕਾਰ ਹੈ ਇਸ ਨੂੰ ਕੋਈ ਕੇਸ ਨਾ ਲੱਗੇ ਧਾਰਮਿਕ ਭਾਵਨਾਵਾਂ ਕਿਸੇ ਦੀਆਂ ਕਿਸੇ ਨੂੰ ਕੇਸ ਨਾ ਲੱਗੇ। ਸੋ ਅੱਜ ਦੀ ਇਹ ਜੋ ਪ੍ਰੈਸ ਕਾਨਫਰੰਸ ਹੈ ਇਸ ਦੇ ਲਈ ਰੱਖੀ ਗਈ ਹੈ। ਸਾਡੇ ਵਾਈਸ ਪ੍ਰਧਾਨ ਸਰਦਾਰ ਗੁਰਵਿੰਦਰ ਸਿੰਘ ਜੀ ਅਗਲੀ ਜੋ ਜਿੰਨੇ ਵੀ ਲਾਅ ਜਿੰਨੇ ਵੀ ਸਾਡੇ ਕੋਲ ਇਸ ਦੇ ਉੱਤੇ ਜੱਜਮੈਂਟਸ ਆਈਆਂ ਨੇ ਉਹਨਾਂ ਦਾ ਵੀ ਤੁਹਾਡਾ ਜ਼ਿਕਰ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ।